ਬੀਤੇ ਦਿਨੀ ਸਿਰਸਾ ਹਰਿਆਣਾ ਵਿਖੇ ਸੰਤ ਨਗਰ ਵਿੱਚ ਸਿੱਖਾਂ ਦੇ ਦਿਲਾਂ ਨੂੰ ਵਲੁੰਦਰਨ ਵਾਲੀ ਇੱਕ ਮੰਦਭਾਗੀ ਘਟਨਾ ਵਾਪਰੀ, ਜਿੱਥੇ ਤਿੰਨ ਭਾਈਆਂ ਵਿੱਚ ਆਪਸੀ ਜ਼ਮੀਨੀ ਵਿਵਾਦ ਦੇ ਦੌਰਾਨ ਇੱਕ ਧਿਰ ਵੱਲੋਂ ਦੂਜੀ ਧਿਰ ਨੂੰ ਫਸਾਉਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗਾਂ ਨੂੰ ਪਾੜ ਕੇ ਗਲੀ ਦੇ ਵਿੱਚ ਵਿਖੇਰ ਦਿੱਤਾ ਗਿਆ, ਜਿਸ ਸੰਬੰਧ ਵਿੱਚ ਪੁਲਿਸ ਨੇ ਇੱਕ ਮਹਿਲਾ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ, ਪਰ ਭਾਰਤੀ ਅਦਾਲਤ ਨੇ ਇਹਨਾਂ ਦੋਸ਼ੀਆਂ ਨੂੰ ਜ਼ਮਾਨਤਾਂ ਦੇ ਦਿੱਤੀਆਂ, ਜਿਸ ਦੇ ਰੋਸ ਵਜੋਂ ਸਿੱਖ ਸੰਗਤਾਂ ਨੇ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਦੇਖਦੇ ਹੋਏ ਖਾਲਿਸਤਾਨ ਦੇ ਨਾਅਰੇ ਲਗਾਏ ਅਤੇ ਖਾਲਿਸਤਾਨ ਦੀ ਮੰਗ ਕੀਤੀ। ਆਖਿਰ ਕੀ ਹੈ ਪੂਰੀ ਘਟਨਾ, ਤੁਸੀਂ ਵੀ ਦੇਖੋ ਇਹ ਵੀਡੀਓ। और आपको हक के लिए आगे भी जाना चाहिए, ऊपर तक जाना मेरे इंतजार में है। तो इससे हम सभी का मैं सारे बंदे हैं, असि कानून की पालना करते आए हैं, सानू कदे भी दस दे कोई ऐसी कानून। जिंदाबाद खालिस्तान, जिंदाबाद खालिस्तान, जिंदाबाद खालिस्तान, जिंदाबाद खालिस्तान, जिंदाबाद। से आजादी लेके रवांगे, हमारे कोर्ट नहीं कोई साडे वास्ते जुडिशियल नहीं, साडे वास्ते वखरा कानून है। ਅਸੀਂ ਮਰਨ ਵਾਸਤੇ ਪਹਿਲਾਂ ਵੀ ਅਸੀਂ ਗੋਲੀਆਂ ਖਾਧੀਆਂ, ਆਜ਼ਾਦੀ ਦੇਸ਼ ਨੂੰ ਦਵਾਈ ਹੈ। 99% ਸਿੱਖਾਂ ਨੇ ਸਿਰ ਦਿੱਤੇ ਨਾ, ਸਾਡੇ ਨਾਲ ਆ ਕੁਛ ਹੋ ਰਿਹਾ ਤੇ ਅਸੀਂ ਹੁਣ ਆਜ਼ਾਦੀ ਲੈ ਕੇ ਹਟਾਂਗੇ, ਅਸੀਂ ਇਹ ਕਦੇ ਨੀ ਬਰਦਾਸ਼ਤ ਕਰਾਂਗੇ। ਸਾਡੇ ਗੁਰੂ ਤੇ ਜਦੋਂ ਅਸੀਂ ਜਦੋਂ ਮਾਰ ਕੇ ਜਾਂਦੇ ਹਾਂ ਜਾਂ ਬੁਲਾਉਣਾ ਪੈਂਦਾ ਹੈ ਕੋਈ 300 ਤੇ 26 ਤੇ 300 ਤੋਂ ਬਾਅਦ ਜਾਂ ਬੁਲਾਉਣਾ ਪੈਂਦਾ ਹੈ ਕੋਈ 300।